अकाल जी, स्वागत है तुहाडा अपने चैनल पर। जिदा कि तुहानू पता, आपां अपने चैनल पर बुलेट मोटिवेशन वालियां वीडियो पाउंदे ही रहिंदे आ। ते अज आपां पहुंच चुके हां जी तरन तारण एक बार फिर बाई कालसी की वर्कशॉप पर। तो पहला भी आपां वीडियो बनाई सी बाई कालसी बुलेट मोटिवेशन वाली। इस बार थंडरबर्ड मोटरसाइकिल मोडीफाई किया जी बॉबर स्टाइल के, जिदा तुसीं देख सकते हैं। तो मिलते हैं बाई ने जी, करते हैं गलबात भी बाई ने कितना समा लगा मोटरसाइकिल मोडीफाई करन, तो एवरेज की आँगी, तो खर्चा की आता। मिलते हैं बाई ना, करते हैं गलबात, लेने पूरी जानकारी है मोटरसाइकिल बारे। डिजाइन करके करना वा, इनू घट तो घट 2 महीने हो गए भाजी करद, अज जा भलके तोर देना आप थोड़ा बहुत कम रहा, स्टिकर स्टूकर लगने रेंगे। डिजाइन उन्होंने सेंड किया भाई आप, हाँ जी उन्होंने जिम्मे की फोटो की भेजी आ, तकरीबन अपना रलदा मिलता उदा का अपना तैयार किया। खर्चा वगैरह कितना आ गया जी? खर्चा भाजी 1.5-2 लाख रुपया लग जाता। हाँ जी हाँ जी हाँ जी, जिमें कोई अगला कस्टमर जिदा का कोई चाहता वा, क्योंकि लाए व्हीलों तो टायर तक बहुत महंगा समान है, जिदा इंडीकेटर हो गए, टैंकी हो गए, सारे पार्ट्स। सिर्फ इन्होंने मतलब की सैटिंग करनी पैंदी, इन्हां दी कट वट करके फिटिंग जिथे सही आउंदा सेंटर उथे करके इनू फिर दोबारा पेंट ते खोलना पैंदा। नहीं फिल्टर है भाजी, इहदे विच ਇਹਦੇ ਵਿੱਚ 에ਅਰ ਫਿਲਟਰ ਆ, ਉਹ ਆਪਾਂ ਸਾਈਡ ਤੇ ਕੱਢਿਆ ਭਾਜੀ ਇਹਦਾ। ਅੱਛਾ ਜੀ ਹਾਂਜੀ। ਤੇ ਬੈਟਰੀ ਦਾ ਸਿਸਟਮ ਵਗੈਰਾ? ਬੈਟਰੀ ਦਾ ਅੰਦਰ ਕੀਤਾ, ਬੈਟਰੀ ਦੀ ਅੰਡਰਗਰਾਉਂਡ ਕੀਤੀ ਭਾਈ ਸੈਟਿੰਗ, ਇੱਥੇ ਬਣਾਈ ਇਹਦੀ ਫਿਟਿੰਗ। ਜਿੱਦਾਂ 2 ਲਾਇਸੈਂਸਰ ਆ ਜੀ? ਹਾਂਜੀ ਹਾਂਜੀ। ਤੇ ਇਹ ਦੋਵੇਂ ਚਾਲੂ ਆ ਜਾਂ? ਇਹ ਦੋਨੋਂ ਚਾਲੂ ਆ ਭਾਜੀ। ਤੇ ਇਹ ਜਣੀ ਆਪਾਂ ਤੁਸੀਂ ਆਪਣੇ ਇਹ ਸਾਇਲੈਂਸਰ ਜਿਹੜੀ ਫਿਟਿੰਗ ਹੈ, ਇਹ ਆਪਾਂ ਹੈਂਡਮੇਡ ਆਪਣੇ ਹੱਥੀ ਕੀਤੀ ਹੈ। ਹਾਂਜੀ ਇਹ ਖੁਦ ਬਣਾਇਆ ਭਾਈ। ਹਾਂਜੀ ਆਪਣੀ ਵਰਕਸ਼ਾਪ ਵਿੱਚ ਤਿਆਰ ਹੋਇਆ ਭਾਈ ਜੀ। ਤੇ ਬਾਕੀ ਦੀ ਚੈਸੀ ਵਗੈਰਾ ਇਹ ਸਾਰੀ? ਚੈਸੀ ਵਗੈਰਾ ਸੇਮ ਜਿਹੜੀ ਓਰੀਜਨਲ ਹੈ ਇਹਦੀ, ਜਿੱਥੋਂ ਕੱਟ ਵੱਢ ਕਰਨ ਦੀ ਲੋੜ ਪੈਂਦੀ ਉੱਥੋਂ ਕਰਨੀ ਪੈਂਦੀ ਹੈ ਭਾਈ। ਹਾਂਜੀ ਹਾਂਜੀ। ਤੇ ਬਾਕੀ ਲਾਈਟਾਂ ਵਗੈਰਾ ਕਿਹੜੇ ਮੋਟਰਸਾਈਕਲ ਦੀਆਂ? ਜਿੱਦਾਂ ਆਪਾਂ ਲਾਈਟਾਂ ਭਾਜੀ ਆ ਮੋਡੀਫਾਈ ਆ, ਹੈਡਲਾਈਟ ਵੀ ਇਹਦੀ। ਹਾਂਜੀ ਆ ਮੀਟਰ ਡਿਜੀਟਲ ਲਾਇਆ ਆਪਾਂ। ਠੀਕ ਆ ਜੀ। ਇਹ ਬਸ ਓਕੇ ਰਿਪੋਰਟ ਆ ਸਾਰਾ, ਥੋੜਾ ਜਿਹਾ ਕੰਮ ਇਹਦਾ ਰਹਿੰਦਾ ਵਾ ਤੇ 2-4 ਘੰਟੇ ਦੇ ਵਿੱਚ ਆਪਾਂ ਕੰਪਲੀਟ ਕਰ ਦਿੰਦੇ ਹਾਂ। ਸਟicker ਵਗੈਰਾ ਜੇ ਲੱਗਣੇ? ਸਟicker ਸਟicker ਲੱਗਣੇ ਭਾਜੀ ਇਹਦੇ। ਹਾਂ ਇਹਦੇ ਭਾਈ ਐਵਰੇਜ ਤੇ ਕੋਈ ਫਰਕ ਪੈਂਦਾ ਜਿੱਦਾਂ ਮੋਡੀਫਾਈ ਕੀਤਾ? ਭਾਜੀ ਐਵਰੇਜ ਅੱਜ ਕੱਲ ਕੌਣ ਵੇਂਦਾ, ਜਿੰਨੇ ਬੁਲਟ ਰੱਖਣਾ ਭਾਵੇਂ ਦੱਸਦੀ ਐਵਰੇਜ ਦਵੇ ਤੇ ਚੱਕਰ ਹੀ ਕੋਈ ਨਹੀਂ ਆ। ਉਹ ਤਾਂ ਗੱਲ ਸਹੀ ਆ। ਹਾਂਜੀ ਹਾਂਜੀ ਹਾਂਜੀ। ਤੇ ਟਾਇਰ ਕਿੱਦਾਂ ਰੀਨ ਵਾਲਾ ਮੂਰਲਾ ਜਾਂ ਮਗਰ? ਇਹ ਭਾਜੀ ਟਾਇਰ ਪਿਛਲਾ ਹੈਗਾ ਸੀਟ ਦਾ, ਇਹਦਾ ਨੰਬਰ ਹੈਗਾ ਜੀ 140-70-17। ਠੀਕ ਆ ਜੀ। ਜਿਹੜਾ 17 ਨੰਬਰ ਵੀਲ ਆ ਬਹੁਤ ਮੁਸ਼ਕਲ ਮਿਲਦਾ ਵਾ, ਚੌੜਾ ਹੁੰਦਾ ਭਾਜੀ, ਥੋੜਾ ਛੋਟਾ ਹੁੰਦਾ 17 ਨੰਬਰ। ਹਾਂਜੀ। ਤੇ ਫਰੰਟ ਵਾਲਾ ਜਿਹੜਾ 19 ਨੰਬਰ ਹੈ ਦਾ। ਆਰਸੀ ਦਾ ਚੱਕਰ ਕੋਈ ਗੱਲ ਨਹੀਂ ਭਾਜੀ, ਆਪਾਂ ਮਤਲਬ ਕਿ ਇਹਦਾ ਕਿਹੜਾ ਆਪਾਂ ਇੰਜਨ ਨੰਬਰ 86 ਨੰਬਰ ਬਦਲਿਆ ਦਾ, ਇੰਜਨ ਨੰਬਰ 86 ਨੰਬਰ ਸੇਮ ਹੈ, ਇੰਜਨ ਓਕੇ ਇਹਦਾ, ਸਿਰਫ ਬਾਹਰਲਾ ਕਲਰ ਚੇਂਜ ਜ਼ਰੂਰ ਹੋਇਆ ਇਹਦਾ। ਠੀਕ ਆ। ਹਾਂਜੀ। ਤੇ ਇੱਕ ਭਾਜੀ ਜਿੱਦਾਂ ਇਹ ਆਪਾਂ ਮੋਡੀਫਾਈ ਕੀਤਾ ਨਾ ਜੀ, ਹਾਂਜੀ ਹਾਂਜੀ, ਜੇ ਕੱਲ ਨੂੰ ਵਾਪਸ ਫੇਰ ਆਪਾਂ ਨੂੰ ਬੋਲਟ ਹੀ ਬਣਾਉਣਾ ਹੋਵੇ? ਹਾਂਜੀ ਹਾਂਜੀ, ਬਣ ਜੂ ਭਾਜੀ, ਸੇਮ ਉਹ ਪੋਜੀਸ਼ਨ 'ਚ ਆ ਜੂਗਾ ਇਹ, ਜਾਨੀ ਉਹ ਸਮਾਨ ਆਪਣੇ ਕੋਲ ਉਦਾਂ ਹੀ ਪਿਆ। ਹਾਂਜੀ ਹਾਂਜੀ ਹਾਂਜੀ, ਉਦਾਂ ਹੀ ਪਿਆ, ਜਿੰਨਾ ਜਦ ਦਿਲ ਕਰਦਾ ਵੀ ਉਹਨਾਂ ਜਰੇ ਨੂੰ ਚਲਾ ਸਕਦੇ। ਹਾਂਜੀ 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 ਹਾਂਜੀ, ਫੇਰ ਉਦਾਂ ਹੀ ਕਰ ਸਕਦੇ ਇਹ, ਜਿੱਦਾਂ ਕਸਟਮਰ ਚਾਹੁੰਦਾ ਆਪਾਂ ਉਦਾਂ ਤਿਆਰ ਕਰਦਾ ਵਾ। ਠੀਕ ਆ ਜੀ। ਸਾਡੇ ਕੋਲ ਜਿਹੜਾ ਕੋਈ ਜਿੱਦਾਂ ਦੀ ਮਰਜ਼ੀ ਚੀਜ਼ ਲਾਵੇ ਅਸੀਂ ਤਿਆਰ ਕਰਨੀ, ਜਿੱਦਾਂ ਕਸਟਮਰ ਕਹਿੰਦਾ ਵੀ ਇਹਨੂੰ ਕਲਰ ਚੇਂਜ ਕਰਨਾ, ਹਾਂਜੀ ਹਾਂਜੀ, ਉਹ ਉਹਦੀ ਜ਼ਿੰਮੇਵਾਰੀ ਹੈ, ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਜਿੱਦਾਂ ਦਾ ਉਹਨੇ ਕਿਹਾ ਆਪਾਂ ਉਦਾਂ ਦਾ ਕਰਨਾ ਹੀ ਕਰਨਾ। ਠੀਕ ਆ ਜੀ। ਠੀਕ ਆ ਜੀ। ਹਾਂਜੀ। ਤੇ ਇਹਦਾ ਜਿੱਦਾਂ ਆਵਾਜ਼ ਦਾ ਕਿੰਨਾ ਕੁ ਫਰਕ ਪਿਆ ਜੀ? ਇਦਾਂ ਆਵਾਜ਼ ਦਾ ਭਾਜੀ ਮਤਲਬ ਕਿ ਪੂਰੀ ਉਹਦੇ ਵਰਗੀ ਨਹੀਂ ਬੰਦੀ ਹਾਰਲੇ ਵਰਗੀ, ਕਿਉਂਕਿ ਇੰਜਣ ਇਹਦਾ ਸਿੰਗਲ ਹੀ ਹੁੰਦਾ ਵਾ, ਇਸ ਕਰਕੇ ਤਕਰੀਬਨ ਰਲਦੀ ਮਿਲਦੀ ਆਵਾਜ਼ ਕਹਿ ਲਓ। ਠੀਕ ਆ ਜੀ। ਹਾਂਜੀ ਹਾਂਜੀ। 100-70% ਮਤਲਬ ਕਿ ਉਹਦੇ ਨਾਲ ਦਾ ਬਣ ਜਾਂਦਾ ਹੈ। ਤੇ ਇਦਾਂ ਦਾ ਆਪਾਂ ਇਹ ਇੱਕ ਹੀ ਮੋਡੀਫਾਈ ਕੀਤਾ ਜਾਂ ਹੋਰ? ਨਹੀਂ ਭਾਜੀ, ਕਾਫੀ ਕੀਤੇ ਮੇਰੇ ਜੀ ਇਸ ਟਾਈਮ। ਹੁਣ ਜਿੱਦਾਂ ਨਹੀਂ ਹੁਣ ਤੇ ਮਤਲਬ ਕਿ ਰਨਿੰਗ ਦੇ ਕੰਮ ਦੇ ਵਿੱਚ ਟਾਈਮ ਬਹੁਤ ਘੱਟ ਹੁੰਦਾ, ਇਹ ਚੀਜ਼ਾਂ ਟਾਈਮ ਬੜਾ ਖਾਂਦੀਆਂ ਭਾਜੀ, ਬਾਹਰਲਾ 2-3 ਮਹੀਨੇ ਲੱਗ ਜਾਂਦੇ ਭਾਜੀ ਇਹਨੂੰ। ਠੀਕ ਆ। ਤੇ ਬਾਕੀ YouTube ਤੇ ਪਈਆਂ ਜਿਹੜੀਆਂ ਅੱਜ ਤੋਂ 8-10 ਸਾਲ ਪੁਰਾਣੀਆਂ ਵੀਡੀਓ ਨਾ, ਕਾਫੀ ਇਦਾਂ ਦੇ ਬਥੇਰੇ ਪੰਗੇ ਲਏ ਆਪਾਂ। ਜੀ ਇਦਾਂ ਦੇ ਮੋਟਰਸਾਈਕਲ ਜਾਂ ਸਟੈਂਡਰਡ ਕੋਈ ਮੋਡੀਫਾਈ ਇਦਾਂ ਦਾ ਕਰਾਉਣਾ, ਜਿੱਦਾਂ ਦਾ ਕੋਈ ਜਿੱਦਾਂ ਦੀ ਫੋਟੋ ਵਿਖਾ ਦੂਗਾ ਉਦਾਂ ਦਾ ਹੀ ਕਰਦਾ ਹਾਂ ਭਾਜੀ। ਸਟੈਂਡਰਡ ਹੋਵੇ ਭਲਾ ਦੂਜਾ, ਭਾਵੇਂ ਸਟੈਂਡਰਡ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ ਭਾਜੀ। ਠੀਕ ਆ ਜੀ। ਹਾਂਜੀ ਹਾਂਜੀ। ਤੇ ਹੋਰ ਕਈ ਵੀਰੇ ਜਿੱਦਾਂ ਆਪਣਾ ਵੀਰ ਮੋਟਰਸਾਈਕਲ ਮੋਡੀਫਾਈ ਕਰਾਉਣਾ ਚਾਹੁੰਦਾ, ਤੇ ਉਹਦੇ ਲਈ ਤੁਸੀਂ ਕਿੱਦਾਂ ਮੋਟਰਸਾਈਕਲ
ਮੋਟਰਸਾਈਕਲ ਉਹਨਾਂ ਕੋ ਹੈਗਾ ਉਹ ਵੀ ਲੈ ਆਉਣ ਜੇ ਸਾਡੇ ਕੋ ਚਾਹੀਦਾ ਅਸੀਂ ਪ੍ਰੋਵਾਈਡ ਕਰਾ ਦਾਂਗੇ ਠੀਕ ਆ ਜੀ ਹਾਂ ਜਿੱਦਾਂ ਤੁਸੀਂ ਇਹਦੇ ਫਿਲਟਰ ਬਾਹਰ ਕੱਢੇ ਹੋਏ ਆ ਦੋਵੇਂ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਕੋਈ ਪਿਕਅਪ ਤੇ ਫਰਕ ਪੈਂਦਾ ਇਸ ਚੀਜ਼ ਦਾ ਨਹੀਂ ਪਿਕਅਪ ਪੂਰੀ ਓਕੇ ਕੀਤੀ ਭਾਜੀ ਨਹੀਂ ਇਹਦੇ ਨਾਲ ਵੱਧਦੀ ਆ ਪਿਕਅਪ ਨਹੀਂ ਨਹੀਂ ਮਤਲਬ ਘਟੂਗੀ ਨਹੀਂ ਪਿਕਅਪ ਵਧੂਗੀ ਪਿਕਅਪ ਇਹਦੇ ਨਾਲ ਜਾਨੀ ਕੋਈ ਫਰਕ ਨਹੀਂ ਪੈਂਦਾ ਨਾ ਨਹੀਂ ਨਹੀਂ ਕੋਈ ਫਰਕ ਨਹੀਂ ਪੈਂਦਾ ਐਵਰੇਜ ਵੀ ਵਧੀਆ ਰਹੂਗੀ ਭੱਜੂਗਾ ਵੀ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਭਾਜੀ ਇਹਦੀ ਤੇ ਜੇ ਮੇਰਾ ਕੋਈ ਵੀਰ ਹੋਰ ਜਿੱਦਾਂ ਵੀਡੀਓ ਦੇਖ ਕੇ ਆਪਣੀ ਕੋਈ ਆਪਣੇ ਨਾਲ ਕਨੈਕਟ ਕਰਨਾ ਚਾਹੁੰਦਾ ਆਪਣਾ ਨੰਬਰ ਤੇ ਪ੍ਰੈਸ ਜ਼ਰੂਰ ਕੋਈ ਗੱਲ ਨਹੀਂ ਗੂਗਲ ਮੇਰੀ ਐਡਰੈਸ ਹੈਗਾ ਜੀ ਗੋਇੰਦਵਾਲ ਰੋਡ ਹਾਂਜੀ ਤੇ ਕਲਸੀ ਬੋਲਟ ਰਿਪੇਅਰ ਮੈਂ ਗੋਇੰਦਵਾਲ ਰੋਡ ਤੇ ਇਹ ਆਪਣੀ ਤਰਨਤਾਰਨ ਸ਼ਾਪ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਇਦਾਂ YouTube ਤੇ ਨਾਰਮਲ ਭਰ ਲਓ ਕਲਸੀ ਬੋਲਟ ਰਿਪੇਅਰ ਐਂਡ ਮੋਡੀਫਿਕੇਸ਼ਨ ਨਹੀਂ ਭਰ ਲਓ ਤੁਹਾਨੂੰ ਟੌਵਨ ਤੇ ਵੀਡੀਓ ਮਿਲ ਜੂਗੀ ਭਾਈ ਮਿਲਣੀਆਂ ਸਾਰੀਆਂ ਤਕਰੀਬਨ ਹੀ ਤੇ ਜੇ ਮੇਰੇ ਭਾਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਓਕੇ 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 ਸਤਿ ਸ਼੍ਰੀ ਅਕਾਲ।